ਸਾਲ ਪਹਿਲਾਂ ਇੱਕ ਫਸਲ ਹੁੰਦੀ ਸੀ ਆਪਣੇ, ਮੈਂ ਵੀ ਇੱਕ ਜੱਟ ਦਾ ਪੁੱਤਰ ਹਾਂ, ਅਤੇ ਆਪਣੀ 6 ਮਹੀਨੇ ਜ਼ਮੀਨ ਖਾਲੀ ਪਈ ਰਹਿੰਦੀ ਸੀ, ਵਧੀਆ ਗੁਜ਼ਾਰਾ ਹੋ ਜਾਂਦਾ ਸੀਗਾ। ਹੁਣ ਤੁਸੀਂ 2-3 ਫਸਲਾਂ ਕੱਢਦੇ ਹੈ, ਹੁਣ ਫਾਹੇ ਲੈਣ ਲੱਗ ਗਏ ਨਾ, ਅਤੇ ਸਾਡਾ ਉਦੋਂ ਵੀ ਗੁਜ਼ਾਰਾ ਹੋ ਜਾਂਦਾ ਸੀਗਾ। ਕਦੇ ਕਿਸੇ ਦਲਿਤ ਮੀਰ ਨੇ ਫਾਹਾ ਲਿਆ? ਨਹੀਂ ਲਿਆ ਨਾ। ਉਹਦੇ ਕੋਲ ਇਕੱਲਾ ਵੀ ਨਹੀਂ ਜ਼ਮੀਨ ਦਾ ਯਾਰ, ਤੁਹਾਡੇ ਕੋਲ 10 ਕਿੱਲੇ ਆ, ਕਿਸੇ ਕੋਲ 20 ਹੈ, ਕਿਸੇ ਕੋਲ 15 ਹੈ, ਕਿਸੇ ਕੋਲ 50 ਵੀ ਹੈ। ਜਿਹੜਾ ਬੇਚਾਰਾ ਮਜ਼੍ਹਬੀ ਸਿੱਖ ਹੈ ਜਾਂ ਰਮਦਾਸੀਆ ਸਿੱਖ ਹੈ, ਇਹਦਾ ਮਤਲਬ ਉਹਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸੰਤੋਖ ਹੈ। ਉਹ ਇਹ ਜ਼ਿੰਦਗੀ ਤੋਂ, ਇਸ ਜ਼ਿੰਦਗੀ ਨੂੰ ਖਰਾਬ ਨਹੀਂ ਕਰਦਾ ਜਿਹੜੀ ਬੜੀ 84 ਲੱਖ ਜੂਨੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਮਿਲੀ ਹੈ। ਅਤੇ ਤੁਸੀਂ 10 ਕਿੱਲੇ ਵਾਲੇ ਕਿਉਂ ਫਾਹਾ ਲੈ ਰਹੇ ਹੋ ਬਈ? ਤੁਹਾਡੇ ਮਾੜੇ ਕੰਮ ਆ, ਮਹਿੰਗੇ ਵਿਆਹ ਕਰਦੇ ਆ ਨਾ, ਅਤੇ ਉਹ ਬੇਚਾਰਾ ਘਰੇ ਹੀ ਘਰ ਕੁਰ ਲੈਂਦਾ ਮੰਜੇ ਮੁੰਜੇ 'ਤੇ, ਠੀਕ ਆ। ਇੱਥੇ ਫੇਲ ਹੋ ਗਏ ਆਪਾਂ। ਆਪਣੇ ਗੁਰੂ ਸਾਹਿਬ ਨੇ ਕਿਹਾ ਸੀ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਜੀਵਨ, ਤੁਹਾਡੀ ਇੰਨੀ ਪਹੁੰਚ ਹੈ ਨਹੀਂ ਜਿੰਨਾ ਤੁਸੀਂ ਵਿਆਹਾਂ 'ਤੇ ਖਰਚ ਕਰਦੇ ਹੋ। ਵਿਆਹ ਤਾਂ ਚਲੋ ਛੱਡੋ, ਫਿਰ ਤੁਸੀਂ ਮਰਨੇ ਵੀ ਸਾਦੇ ਨਹੀਂ ਛੱਡੇ। ਇਹ ਤੁਹਾਨੂੰ ਬਾਦਲ ਸਾਹਿਬ ਨੇ ਕਹਿਣਾ ਆਣ ਕੇ, ਕੈਪਟਨ ਸਾਹਿਬ ਨੇ ਕਹਿਣਾ ਵੀ ਸਾਦੇ ਕਰੋ? ਮੈਂ ਆਹ ਤੰਬੂਆਂ 'ਤੇ ਵੀ ਦੁਖੀ ਹੋ ਗਿਆ ਆਣ ਕੇ ਦੇਖ ਕੇ, ਵੀ ਇਹ ਪੈਸੇ ਦਵਾਈ 'ਚ ਪਾ ਦਿੰਦੇ, ਕੀ ਲੋੜ ਹੈ? ਮੈਂ ਕਿਹੜਾ ਲੀਡਰ ਹਾਂ? ਦਿਓ ਜਵਾਬ, ਹੈਗਾ ਕੋਈ ਜਵਾਬ ਤੁਹਾਡੇ ਕੋਲ? ਕੀ ਲੋੜ ਸੀ ਯਾਰ, 5-10 ਹਜ਼ਾਰ ਲਾ ਤਾ ਦਵਾਈ 'ਚ ਪਾਉਣ ਦੇ। ਇਹੀ ਗੱਲ ਆਪਦੇ ਘਰਾਂ 'ਤੇ ਤੁਸੀਂ ਲਾਗੂ ਕਰੋ, ਕੋਈ ਪੈਸਾ ਬਰਬਾਦ ਨਾ ਕਰੋ ਕਿਸੇ ਚੀਜ਼ 'ਤੇ ਵੀ। ਸਾਨੂੰ ਕੋਈ ਲੋੜ ਨਹੀਂ ਇਹਨਾਂ ਤੰਬੂਆਂ ਸ਼ੰਬੂਆਂ ਦੀ, ਆਹ ਕੁਰਸੀਆਂ ਦੀ ਵੀ ਲੋੜ ਨਹੀਂ ਗੀ। ਮੈਂ ਇੱਕ ਜੱਟ ਦਾ ਪੁੱਤਰ ਹੈ, ਕੋਈ ਕਿਸੇ ਗੱਲ ਦਾ ਸਾਡੇ ਦਾ, ਸਾਨੂੰ ਸਿੰਪਲ ਮੋਠਾਂ ਦੀ ਦਾਲ ਨਾਲ 2 ਫੁਲਕੇ ਦੇ ਦਿਓ, ਡਾਕਟਰ ਉਹੋ ਜਿਹੇ ਸਾਡੇ ਡਾਕਟਰ ਹੈ, ਠੀਕ ਹੈ। ਪਲੀਜ਼ ਇਹਨਾਂ ਚੀਜ਼ਾਂ 'ਤੇ ਪੈਸਾ ਨਾ ਖਰਚ ਕਰਿਆ ਕਰੋ ਜਿਹੜੀ ਚੀਜ਼ ਦਾ ਕੋਈ ਨਤੀਜਾ ਨਹੀਂ, ਠੀਕ ਹੈ। ਇੱਕ ਪਰਨ ਕਰ ਲਓ, ਅੱਜ ਮੈਂ ਤੁਹਾਡੇ ਜ਼ਿਲ੍ਹੇ 'ਚ ਆਇਆ, ਅਸੀਂ ਕੱਲ੍ਹ ਤੁਹਾਡੇ ਜ਼ਿਲ੍ਹੇ 'ਚ ਵੜ ਗਏ, ਕੱਲ੍ਹ ਮਲੂਕਾ ਸਾਹਿਬ ਦੇ ਪਿੰਡ ਸੀ, ਅੱਜ ਅਸੀਂ ਜੈ ਸਿੰਘ ਵਾਲਾ ਦੇ ਵਿੱਚ ਹੈ। ਜਿਹੜੇ ਵੀਰ ਮੈਨੂੰ ਫੇਸਬੁੱਕ 'ਤੇ ਸੁਣ ਰਹੇ ਹੋ, ਅਤੇ ਕੱਲ੍ਹ ਨੂੰ ਕਿਹੜਾ ਪਿੰਡ ਹੈ ਜੀ? ਚੱਕਤਰ ਸਿੰਘ ਵਾਲੇ 'ਚ ਹੈ, ਅਤੇ ਉਸ ਤੋਂ ਅਗਲੇ ਦਿਨ ਅਸੀਂ ਮਿਰਜ਼ਾ ਦਿਆਲਪੁਰਾ ਦੇ ਵਿੱਚ 8 ਤਰੀਕ ਨੂੰ, 5 ਦਿਨ ਅਸੀਂ ਬਠਿੰਡੇ ਜ਼ਿਲ੍ਹੇ 'ਚ ਲਾਵਾਂਗੇ। ਤੁਸੀਂ ਵੀ, ਤੁਸੀਂ ਮੇਰਾ ਸਾਥ ਦਿਓ ਨਾ, ਤੁਹਾਨੂੰ ਦਵਾਈਆਂ ਦੀ ਅਸੀਂ ਸ਼ੋਰਟ ਦੇ ਆਉਣ ਦੇਵਾਂਗੇ। ਬਾਬੇ ਨਾ ਸੜਕ ਦੇ ਥੱਲੇ ਨਾ ਬੱਸਾਂ ਦੇ ਥੱਲੇ ਆਉਣ ਤੱਕ ਜਾਂਦੇ ਆ, ਚਾਹ ਦੇ ਲੰਗਰ ਲਾ ਲਏ, ਆਹ ਲਾ ਲਏ। ਇਹ ਗਰੀਬ ਨੂੰ ਦਵਾਈ ਦੀ ਲੋੜ ਹੈ, ਕਿਤੇ ਦਵਾਈ ਦਾ ਲੰਗਰ ਲੱਗਿਆ ਦੇਖਿਆ? ਦਿਓ ਜਵਾਬ ਮੈਨੂੰ। ਵੈਸੇ ਮੈਨੂੰ ਤਾਂ ਤੁਸੀਂ ਸਿੱਖ ਹੀ ਨਹੀਂ ਮੰਨਦੇ, ਜਿਹੜੇ ਪੱਗ ਬੰਨ ਲੈਂਦੇ, ਦਾੜੀ ਰੱਖ ਲੈਂਦੇ ਆ, ਕਿਤੇ ਦਵਾਈ ਦਾ ਲੰਗਰ ਲਾਇਆ? ਦਿਓ ਜਵਾਬ ਮੈਨੂੰ, ਕਿਸੇ ਕੋਲ ਹੈਗਾ ਤਾਂ ਦੇ ਦਿਓ ਜਵਾਬ। ਜਾਂ ਕਿਤੇ ਬਾਬੇ ਨੇ ਦਵਾਈ ਦਾ ਲੰਗਰ ਲਾਇਆ? ਆ ਲੱਗਿਆ ਲੈ ਲਓ ਦਵਾਈ ਜਿੰਨੀ ਮਰਜ਼ੀ। ਆ ਟੈਸਟ ਸਾਡੇ 7-7, 8-8, 18-18 ਹਜ਼ਾਰ ਰੁਪਈਏ ਦੇ ਆ। 1 ਰੁਪਈਆ ਵੀ ਕਿਸੇ ਤੋਂ ਲੈ ਗਏ ਤਾਂ ਮੈਨੂੰ ਦੱਸ ਦਿਓ, 1 ਲੱਖ ਰੁਪਇਆ ਵਾਪਸ ਦਊਂਗਾ ਤੁਹਾਨੂੰ। ਖੁਦ ਦਾ ਚੈਲੰਜ ਆ ਮੇਰਾ। ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ 'ਤੇ ਫੜ ਲਈ, ਅਤੇ ਪਹਿਲੀ ਸਟੇਜ 'ਤੇ ਕਿਵੇਂ ਫੜ ਗਈ ਵੀ? ਪੰਜਾਬ ਦੇ ਵਿੱਚ 70% ਲੋਕਾਂ ਨੂੰ ਕੈਂਸਰ 3G ਸਟੇਜ 'ਚ ਪਤਾ ਲੱਗਦਾ, ਅਤੇ 3G ਸਟੇਜ ਤੋਂ ਬਾਅਦ ਤਾਂ ਦੋਸਤੋ ਮੌਤ ਹੈ, ਕੁਛ ਨਹੀਂ ਕਰ ਸਕਦੇ ਆਪਾਂ। ਬੀਬੀ ਬਾਦਲ ਦਾ ਕੁਛ ਹੋਇਆ ਵਿਚਾਰੀ ਦਾ? ਬਾਦਲ ਸਾਹਿਬ ਅਮੈਰੀਕਾ ਵੀ ਲੈ ਗਏ, ਨਹੀਂ ਕਰ ਸਕੇ ਨਾ ਕੁਛ, ਪੈਸੇ ਨਾਲ ਵੀ ਨਹੀਂ ਕੁਛ ਹੋਇਆ। ਕੈਂਸਰ ਦਾ ਇਲਾਜ ਤਾਂ ਹੀ ਹੈ, ਪੈਸੇ ਦੀ ਵੀ ਨਹੀਂ ਲੋੜ, ਸਾਡਾ ਜੀਵਨ। ਤੁਸੀਂ ਤਾਂ ਘਰਾਂ 'ਚ ਟੋਏ ਪੱਟ ਲਏ ਯਾਰ, ਖੇਤ ਜਾਇਆ ਕਰੋ ਟੋਇਲਟ ਸਵੇਰੇ। ਇੱਕ ਬਾਬਾ ਮਿਲਿਆ ਮੈਨੂੰ ਮੁਕਤਸਰ 'ਚ, ਬੜੀ ਤੁਸੀਂ ਕਹੋਗੇ ਯਾਰ ਕਿਸੇ ਦੀਆਂ ਗੱਲਾਂ ਕਰਦਾ ਬੰਦਾ, ਕਹਿੰਦਾ ਯਾਰ ਮੈਂ ਬੋਲ ਰਿਹਾ ਸੀ ਮੁਕਤਸਰ ਦੇ ਵਿੱਚ, ਕਹਿੰਦਾ ਮੈਂ ਸਟੇਜ 'ਤੇ ਬੋਲਣਾ ਹੀ ਬੋਲਣਾ ਪਰ 1 ਮਿੰਟ ਲੈਣਾ। ਉਹ 1 ਮਿੰਟ 'ਚ ਏਡੀ ਵੱਡੀ ਗੱਲ ਕਹਿ ਗਿਆ, ਅਤੇ ਮੈਂ ਸਾਰੀ ਦੁਨੀਆ 'ਚ ਉਹ ਗੱਲ ਦੀ ਕਦਰ ਕਰਦਾ, ਜਿੱਥੇ ਵੀ ਜਾਂਦਾ ਮੈਂ। ਉਹ ਕਹਿੰਦਾ ਅੱਗੇ ਅਸੀਂ ਘਰੇ ਖਾਂਦੇ ਸੀ ਅਤੇ ਬਾਹਰ ਹੱਗਣ ਜਾਂਦੇ ਸੀ, ਹੁਣ ਅਸੀਂ ਬਾਹਰੋਂ ਖਾਂਦੇ ਹਾਂ ਅਤੇ ਘਰੇ ਹੱਗਦੇ ਹਾਂ।
ਇੰਨੀ ਕਹਿ ਕੇ ਫਤਿਹ ਬੁਲਾ ਕੇ ਬਾਬਾ ਜੀ ਉਤਰ ਗਿਆ ਸਟੇਜ ਤੋਂ। ਹੁਣ ਮਤਲਬ ਆਪ ਹੀ ਸਮਝ ਲਓ, ਆ ਮੈਰਿਜ ਪੈਲਸਾਂ 'ਚ ਖਾਈ ਜਾਂਦੇ ਆ, ਕੀ ਕੁਛ ਕਰੀ ਜਾਂਦੇ ਆ ਯਾਰ ਤੁਸੀਂ। ਜਿਹੜਾ ਜੱਟ ਬਾਹਰੋਂ ਮੂਲੀਆਂ ਖਰੀਦੇ ਸ਼ਹਿਰ 'ਚੋਂ, ਮਰਜੇ ਸ਼ਰਮ ਨਾ, ਜੱਟ ਮੂਲੀ ਨਹੀਂ ਬੀਜ ਸਕਦਾ ਯਾਰ। ਆਪਦੀ ਖਾਣ ਜੋਗੀ ਸਬਜ਼ੀ ਜ਼ਰੂਰ ਬੀਜਿਆ ਕਰੋ, ਉੱਥੇ ਰੂੜੀ ਦਾ ਰੇਹ ਪਾਇਆ ਕਰੋ, ਕੋਈ ਯੂਰੀਆ ਯਾਰੀਆ ਨਾ ਪਾਇਆ ਕਰੋ। ਹੁਣ ਇਹਨਾਂ ਦਿਨਾਂ 'ਚ ਗਾਜਰ ਆ, ਮੂਲੀ ਆ, ਮੇਥੇ ਆ, ਤੁਸੀਂ ਆਪਦੀ ਖਾਣ ਜੋਗੀ ਸਬਜ਼ੀ ਜ਼ਰੂਰ ਬੀਜਿਆ ਕਰੋ, ਠੀਕ ਹੈ। ਸਾਦੇ ਵਿਆਹ ਕਰ ਲਿਆ ਕਰੋ, ਪੰਜ ਬੰਦਿਆਂ ਨੇ ਗੁਰਦੁਆਰੇ ਇੱਕ ਨਾ ਕੜਾਪ ਸ਼ਾਦੀ ਦੇਖ ਲਿਆ ਕੇ ਚਾਰ ਲਾਵਾਂ ਕਰਕੇ ਘਰੇ ਆ ਜਾਇਆ ਕਰੋ। ਕੋਈ ਫਾਹਾ ਨਹੀਂ ਲਊ, ਕੋਈ ਕੈਂਸਰ ਨਹੀਂ ਹੋਊ, ਦਿਮਾਗੀ ਬੋਝ ਤੁਹਾਡੇ 'ਤੇ ਬਹੁਤ ਜ਼ਿਆਦਾ, ਚੱਕੀ ਫਿਰਦੇ ਆ, ਇਹਨਾਂ ਦੀ ਲੋੜ ਨਹੀਂ। ਤੁਸੀਂ, ਤੁਹਾਨੂੰ ਸ਼ਰਮ ਕਾਹਦੀ ਆਉਂਦੀ ਹੈ ਵੀ ਕਿਉਂ ਗੱਲ, ਤੁਸੀਂ ਮੈਰਿਜ ਪੈਲਸ ਨੱਚੀ ਜਾਂਦੇ ਵਿਆਹ ਕਰਕੇ। ਤੁਹਾਨੂੰ ਕਿਸੇ ਨੇ ਕਿਹਾ, ਸਰਕਾਰ ਨੇ ਕਿਹਾ ਤੁਹਾਨੂੰ? ਆਪਾਂ ਦੋਸ਼ ਦੂਜੇ ਨੂੰ ਦੇ ਦਿੰਦੇ ਹਾਂ, ਤੁਹਾਨੂੰ ਇਹ ਕੰਮ ਸਾਦੇ ਕਰਨੇ ਪੈਣੇ ਆ, ਘਰੇ ਬਾਣ ਦੇ ਮੰਜਿਆਂ 'ਤੇ ਵਿਆਹ ਕਰਨੇ ਪੈਣੇ ਆ, ਤਾਂ ਬਚਾਂਗੇ। ਕਿਤੇ ਲੀਡਰ ਕਿਸੇ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਮੈਂ ਕਰ ਰਿਹਾ ਤੁਹਾਡੇ ਨਾਲ? ਨਹੀਂ, ਕਦੇ ਕਿਸੇ ਨੇ ਨਹੀਂ ਕਰਨੀਆਂ। ਪਰ ਮੈਂ ਤੁਹਾਡੀ ਇੱਕ ਮਿਹਨਤ ਕਰਨ ਆਇਆ ਅੱਜ ਇੰਗਲੈਂਡ ਤੋਂ ਚੱਲ ਕੇ, ਵੀ ਬਠਿੰਡੇ ਜ਼ਿਲ੍ਹੇ 'ਚ 5 ਦਿਨ ਲਾਉਣੇ ਆ ਦੱਬ ਕੇ, ਅਸੀਂ 12 ਦਿਨ ਅਸੀਂ ਮਾਨਸਾ ਜ਼ਿਲ੍ਹੇ 'ਚ ਲਾ ਕੇ ਗਏ ਹਾਂ। ਕੀ ਤੁਹਾਡੇ ਨਾਲ ਦੁੱਖ ਸਾਂਝੇ ਕਰਾਂ ਪੰਜਾਬ ਦੇ, 20 ਦਸੰਬਰ ਤੋਂ ਲੈ ਕੇ ਨਾ 28 ਦਸੰਬਰ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖਤਮ ਹੋ ਗਿਆ। ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦੇ, ਮੋਤੀ ਮਹਿਰਾ, ਅਤੇ ਜਿਹਨੇ ਸੰਸਕਾਰ ਕੀਤਾ ਸੀ ਟੋਡਰ ਮੱਲ, ਉਹ ਵੀ ਉਹਨਾਂ ਨੇ, ਅਤੇ 5 ਪਿਆਰਿਆਂ 'ਚੋਂ 3 ਪਿਆਰੇ ਸ਼ਹੀਦ ਹੋ ਗਏ, ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ 'ਤੇ ਕਿੱਡਾ ਦੁੱਖ ਆਇਆ 8 ਦਿਨ ਦੇ ਵਿੱਚ, 20 ਦਸੰਬਰ ਤੋਂ ਲੈ ਕੇ 28 ਤੱਕ, ਅਤੇ ਸਾਡੀ ਟੀਮ ਚਮਕੌਰ ਸਾਹਿਬ 3 ਦਿਨ ਰਹੀ ਅਤੇ 5 ਦਿਨ ਫਤਿਹਗੜ੍ਹ ਰਹੀ। 1300 ਲੰਗਰ ਲੱਗਿਆ ਵਾ ਤੁਹਾਡਾ ਉੱਥੇ, ਜਲੇਬੀਆਂ ਪਕੌੜਿਆਂ ਦਾ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੋ ਗਏ ਅਤੇ ਤੁਸੀਂ ਜਲੇਬੀਆਂ ਦੇ ਲੰਗਰ ਲਾਈ ਬੈਠੇ ਹੋ। ਅਤੇ ਕਿਹੜੀ ਖੁਸ਼ੀ, ਸ਼ਰਮ ਦੇ ਨਾਲ ਵਿਆਹ ਸੀ, ਕਿਸੇ ਕੋਲ ਹੈਗਾ ਤਾਂ ਜਵਾਬ ਦਿਓ ਮੈਨੂੰ। ਆ ਬੈਠੇ ਖੱਟੀਆਂ ਪੱਗਾਂ ਬੰਨੀਆਂ, ਕੁਰਬਾਨਾਂ ਪਈਆਂ, ਕਰੋ ਹੱਥ ਖੜੇ, ਦਿਓ ਜਵਾਬ ਮੈਨੂੰ ਇਸ ਗੱਲ ਦਾ। ਐਡਾ ਵੱਡਾ ਸਾਡੇ 'ਤੇ ਦੁੱਖ ਵਾਪਰਿਆ, ਕੋਈ ਮੋਠਾਂ ਦੀ ਦਾਲ ਨਾ ਯਾਰ, 2 ਫੁਲਕੇ ਤੁਸੀਂ ਲੰਗਰ ਲਾ ਲਓ, ਅਤੇ ਦਵਾਈ ਦਾ 1 ਲੰਗਰ ਸਾਡਾ। 1300 ਲੰਗਰ ਦੀ ਪਰਮਿਸ਼ਨ ਦਿੱਤੀ ਵੀ ਉੱਥੇ ਸ਼੍ਰੋਮਣੀ ਕਮੇਟੀ ਨੇ ਫਤਿਹਗੜ੍ਹ ਦੇ ਚਮਕੌਰ ਸਾਹਿਬ ਦੇ ਵਿੱਚ। ਹੁਣੇ ਦੀ ਗੱਲ ਆ, 1.5 ਮਹੀਨਾ ਪਹਿਲਾਂ ਦੀ। ਅਤੇ ਕਿੱਡਾ ਦੁੱਖ ਵਾਪਰਿਆ, ਸਿੱਖ ਕੌਮ ਨੂੰ ਤਾਂ ਨਾ ਆਪਦੇ ਦਿਨਾਂ ਦਾ ਪਤਾ ਵੀ ਇਹ ਸ਼ਹੀਦੀ ਦਿਨ ਮਨਾਉਣੇ ਕਿਵੇਂ ਹੈ ਅਤੇ ਗੁਰਪੁਰਬ ਕਿਵੇਂ ਮਨਾਉਣੇ ਹੈ, ਇਹ ਵੀ ਭੁੱਲ ਗਏ।